ਸਤਿ ਸ਼੍ਰੀ ਅਕਾਲ ਜੀ। ਕੈਂਸਰ ਦੇ ਬਰਬਾਦ ਕੀਤੇ ਹੋਏ ਪੰਜਾਬ ਦੇ ਲੋਕਾਂ ਦੇ ਨਾਮ ਇੱਕ ਜ਼ਰੂਰੀ ਸੂਚਨਾ ਦੇਣ ਦੇ ਲਈ ਮੈਂ ਇਹ ਵੀਡੀਓ ਬਣਾ ਰਿਹਾ। ਇਹੀ ਸੂਚਨਾ ਸਾਨੂੰ ਅੱਜ ਤੋਂ 100 ਸਾਲ ਪਹਿਲਾਂ ਜਰਮਨੀ ਦੇ ਇੱਕ ਪ੍ਰਸਿੱਧ ਵਿਗਿਆਨਕ ਨੇ ਦਿੱਤੀ ਸੀ ਅਤੇ ਅੱਜ ਤੋਂ 10 ਸਾਲ ਪਹਿਲਾਂ ਪੰਜਾਬ ਦੇ ਇੱਕ ਬਹੁਤ ਸਿਆਣੇ ਡਾਕਟਰ ਡਾਕਟਰ ਦਲਜੀਤ ਸਿੰਘ ਨੇ ਦਿੱਤੀ ਸੀ। ਪਰ ਮੈਨੂੰ ਲੱਗਦਾ ਹੈ ਕਿ ਇਹ ਸੂਚਨਾ ਸਾਡੇ ਲੋਕਾਂ ਤੱਕ ਅੱਪੜੀ ਨਹੀਂ। ਜੇ ਅੱਪੜ ਜਾਂਦੀ ਤਾਂ ਅੱਜ ਬੀਕਾਨੇਰ ਨੂੰ ਜਾਣ ਵਾਲੀ ਕੈਂਸਰ ਟ੍ਰੇਨ ਬੰਦ ਹੋ ਜਾਂਦੀ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਪਰਿਵਾਰ ਕੈਂਸਰ ਤੋਂ ਹਮੇਸ਼ਾ ਬਚਿਆ ਰਹੇ ਅਤੇ ਤੁਹਾਨੂੰ ਕੋਈ ਜ਼ਮੀਨ ਦਾ ਕਿੱਲਾ ਵੇਚ ਕੇ ਕਿਸੇ ਹਸਪਤਾਲ ਨੂੰ ਨਾ ਦੇਣਾ ਪਵੇ ਤਾਂ ਇਸ ਵੀਡੀਓ ਨੂੰ ਅੰਤ ਤੱਕ ਦੇਖਿਓ ਅਤੇ ਅਮਲ ਵੀ ਕਰਿਓ। ਸੰਨ 2012 ਦੇ ਵਿੱਚ ਬਾਦਲ ਸਰਕਾਰ ਨੇ ਪਹਿਲੀ ਵਾਰ ਕੈਂਸਰ ਸਰਵੇ ਕਰਵਾਇਆ ਸੀ ਅਤੇ ਉਦੋਂ ਪਤਾ ਲੱਗਿਆ ਸੀ ਕਿ ਕੈਂਸਰ ਦੇ ਕਾਰਨ ਪੰਜਾਬ ਵਿੱਚ ਰੋਜ਼ 18 ਮੌਤਾਂ ਹੁੰਦੀਆਂ ਅਤੇ ਇਸ ਰਿਪੋਰਟ ਨੂੰ ਪੜ੍ਹ ਕੇ ਚਾਰੇ ਪਾਸੇ ਹਾਹਾਕਾਰ ਮਚੀ ਸੀ। ਕੈਂਸਰ ਦੇ ਲੇਖ ਛਪਣ ਲੱਗੇ, ਖਬਰਾਂ ਆਉਣ ਲੱਗੀਆਂ, ਪੰਜਾਬ ਸਰਕਾਰ ਨੇ ਪਿੰਡਾਂ ਦੇ ਵਿੱਚ ਸਰਕਾਰੀ ਆਰ ਓ ਲਾਉਣੇ ਸ਼ੁਰੂ ਕੀਤੇ, ਨਵੇਂ ਕੈਂਸਰ ਹਸਪਤਾਲ ਖੋਲ੍ਹਣ ਲੱਗੇ। ਪਰ ਅੱਜ 2024 ਆ ਚੁੱਕਿਆ, 12 ਸਾਲ ਬੀਤ ਗਏ ਨੇ। 12 ਸਾਲਾਂ ਬਾਅਦ ਅੱਜ ਕੀ ਪੁਜੀਸ਼ਨ ਹੈ? ਸਾਰਾ ਪੰਜਾਬ ਅੱਜ ਆਰ ਓ ਦਾ ਪਾਣੀ ਪੀ ਰਿਹਾ। ਕੀ ਕੈਂਸਰ ਘਟਿਆ? 2022 ਦੀ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੀ ਰਿਪੋਰਟ ਦੇ ਮੁਤਾਬਕ 2022 ਦੇ ਸਾਲ ਵਿੱਚ ਕੈਂਸਰ ਕਾਰਨ ਪੰਜਾਬ ਵਿੱਚੋਂ 23,301 ਅਰਜ਼ੀਆਂ ਉੱਠੀਆਂ, ਮਤਲਬ ਕਿ ਰੋਜ਼ ਦੀਆਂ 65 ਮੌਤਾਂ। 12 ਸਾਲ ਦੇ ਵਿੱਚ ਕੈਂਸਰ 18 ਤੋਂ ਵੱਧ ਕੇ 65 ਮੌਤਾਂ 'ਤੇ ਪਹੁੰਚ ਗਿਆ। ਪਰ ਅੱਜ ਮੀਡੀਆ ਚੁੱਪ ਹੈ, ਕੋਈ ਖਬਰ ਨਹੀਂ ਆਉਂਦੀ, ਸਰਕਾਰ ਵੀ ਚੁੱਪ ਹੈ। ਅੱਜ ਡਾਕਟਰ ਓਟੋ ਹੈਨਰਿਕ ਦੀ ਉਹ 100 ਸਾਲ ਪੁਰਾਣੀ ਖੋਜ ਸਾਡਾ ਸਹਾਰਾ ਬਣ ਸਕਦੀ। ਕੌਣ ਸੀ ਡਾਕਟਰ ਓਟੋ ਹੈਨਰਿਕ ਬਾਰਬਰ? ਉਹ ਉਸ ਸਮੇਂ ਦਾ ਜਰਮਨੀ ਦਾ ਪ੍ਰਸਿੱਧ ਵਿਗਿਆਨਕ ਸੀ ਜਿਸ ਨੂੰ 1931 ਦੇ ਵਿੱਚ ਫਿਜ਼ੀਓਲੋਜੀ ਦੇ ਵਿੱਚ ਨੋਬਲ ਪ੍ਰਾਈਜ਼ ਵੀ ਮਿਲਿਆ ਸੀ। ਕਿਸੇ ਵੀ ਸਾਇੰਟਿਸਟ ਲਈ ਨੋਬਲ ਪ੍ਰਾਈਜ਼ ਮਿਲਣਾ ਇੱਕ ਬਹੁਤ ਹੀ ਮਾਣ ਵਾਲੀ ਗੱਲ। ਉਸਨੇ ਕੈਂਸਰ ਦੇ ਸੈੱਲਾਂ 'ਤੇ ਖੋਜ ਕੀਤੀ ਅਤੇ 1923 ਦੇ ਵਿੱਚ ਇੱਕ ਕਿਤਾਬ ਲਿਖੀ। ਉਸ ਕਿਤਾਬ ਦਾ ਨਾਮ ਸੀ ਦ ਮੈਟਾਬੋਲਿਜ਼ਮ ਆਫ ਟਿਊਮਰਸ। ਇਹ ਕਿਤਾਬ ਇੰਟਰਨੈਟ 'ਤੇ ਪਈ ਹੈ, ਤੁਸੀਂ ਪੜ੍ਹ ਸਕਦੇ ਹੋ। ਇਸ ਕਿਤਾਬ ਦੇ ਵਿੱਚ ਉਸਨੇ ਦੱਸਿਆ ਕਿ ਕੈਂਸਰ ਦੀ ਜੜ੍ਹ ਕਿੱਥੇ ਹੈ, ਕੈਂਸਰ ਹੁੰਦਾ ਕਿਉਂ ਹੈ, ਇਸ ਨੂੰ ਰੋਕਿਆ ਕਿਵੇਂ ਜਾ ਸਕਦਾ। ਮੈਂ ਉਸਦੀ ਇਸ ਮਹਾਨ ਖੋਜ ਨੂੰ ਪੰਜਾਬੀ 'ਚ ਸਮਝਾਉਣ ਦੀ ਕੋਸ਼ਿਸ਼ ਕਰਾਂ। ਇਸ ਕਿਤਾਬ ਦੇ ਵਿੱਚ ਉਸਨੇ ਲਿਖਿਆ ਕਿ ਜਦੋਂ ਸਾਡੇ ਸਰੀਰ ਦੇ ਕਿਸੇ ਸੈੱਲ ਨੂੰ ਪੂਰੀ ਆਕਸੀਜਨ ਨਹੀਂ ਮਿਲਦੀ ਤਾਂ ਉਹ ਕੈਂਸਰ ਸੈੱਲ ਬਣ ਜਾਂਦਾ, ਉਹ ਆਪ ਵੱਡਾ ਹੋਣ ਲੱਗ ਜਾਂਦਾ ਅਤੇ ਨਾਲ ਦੇ ਸੈੱਲਾਂ ਨੂੰ ਖਾਣਾ ਸ਼ੁਰੂ ਕਰ ਦਿੰਦਾ। ਸਾਡੇ ਸਰੀਰ ਦੇ ਕਿਸੇ ਸੈੱਲ ਨੂੰ ਆਕਸੀਜਨ ਪੂਰੀ ਨਾ ਮਿਲਣਾ ਹੀ ਕੈਂਸਰ ਦੀ ਜੜ੍ਹ ਹੈ, ਅਤੇ ਜੇ ਸਾਡੇ ਸਰੀਰ ਦੇ ਸਾਰੇ ਸੈੱਲਾਂ ਨੂੰ ਪੂਰੀ ਆਕਸੀਜਨ ਮਿਲੇ ਤਾਂ ਕੈਂਸਰ ਸੈੱਲ ਬਣ ਹੀ ਨਹੀਂ ਸਕਦਾ। ਹੁਣ ਸਵਾਲ ਇਹ ਉੱਠਦਾ ਹੈ ਕਿ ਸਾਡੇ ਸਰੀਰ ਦੇ ਕਿਸੇ ਸੈੱਲ ਨੂੰ ਪੂਰੀ ਆਕਸੀਜਨ ਕਿਉਂ ਨਹੀਂ ਮਿਲਦੀ? ਪੂਰੀ ਆਕਸੀਜਨ ਨਾ ਮਿਲਣ ਦਾ ਕਾਰਨ ਹੁੰਦਾ ਹੈ ਸਾਡੇ ਖੂਨ ਦਾ ਤੇਜ਼ਾਬੀ ਹੋਣਾ। ਸਾਡੇ ਖੂਨ ਦੀ ਕੁਦਰਤੀ ਪੀਐਚ ਹੈ ਜੋ 7.4 ਹੁੰਦੀ ਹੈ। ਜੇ ਸਾਡੀ ਪੀਐਚ 7.4 ਤੋਂ ਉੱਪਰ ਹੋਵੇ ਤਾਂ ਖੂਨ ਅਲਕਲਾਈਨ ਹੁੰਦਾ ਹੈ ਅਤੇ ਅਲਕਲਾਈਨ ਖੂਨ ਫੇਫੜਿਆਂ ਦੇ ਵਿੱਚੋਂ ਪੂਰੀ ਆਕਸੀਜਨ ਚੂਸਦਾ ਹੈ ਅਤੇ ਸਾਰੇ ਸਰੀਰ ਦੇ ਸੈੱਲਾਂ ਤੱਕ ਪੂਰੀ ਆਕਸੀਜਨ ਪਹੁੰਚਦੀ ਹੈ। ਅਤੇ ਜਦੋਂ ਸਾਡੇ ਖੂਨ ਦੀ ਪੀਐਚ 7.4 ਤੋਂ ਘੱਟ ਜਾਂਦੀ ਹੈ ਤਾਂ ਸਾਡਾ ਖੂਨ ਤੇਜ਼ਾਬੀ ਹੋ ਜਾਂਦਾ। ਤੇਜ਼ਾਬੀ ਖੂਨ ਦੀ ਫੇਫੜਿਆਂ ਵਿੱਚੋਂ ਆਕਸੀਜਨ ਚੂਸਣ ਦੀ ਸਮਰੱਥਾ ਕਪੈਸਿਟੀ ਬਹੁਤ ਘੱਟ ਹੁੰਦੀ ਹੈ। ਜਦੋਂ ਖੂਨ ਕੋਲ ਪੂਰੀ ਆਕਸੀਜਨ ਨਹੀਂ ਹੁੰਦੀ ਤਾਂ ਸਾਡੇ ਸਰੀਰ ਦੇ ਵਿੱਚ ਹਰ ਸੈੱਲ ਨੂੰ ਪੂਰੀ ਆਕਸੀਜਨ ਨਹੀਂ ਪਹੁੰਚਦੀ ਅਤੇ ਸਾਡੇ ਸਰੀਰ ਵਿੱਚ ਕੈਂਸਰ ਸੈੱਲ ਬਣਨ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਸਾਡਾ ਖੂਨ ਕਦੇ ਵੀ ਤੇਜ਼ਾਬੀ ਨਹੀਂ ਹੋਣਾ ਚਾਹੀਦਾ। ਹੁਣ ਸਵਾਲ ਇਹ ਉੱਠਦਾ ਹੈ ਕਿ ਸਾਡਾ ਖੂਨ ਤੇਜ਼ਾਬੀ ਹੁੰਦਾ ਕਿਉਂ? ਸਾਡਾ ਖੂਨ ਤੇਜ਼ਾਬੀ ਉਦੋਂ ਹੁੰਦਾ ਜਦੋਂ ਅਸੀਂ ਤੇਜ਼ਾਬੀ ਚੀਜ਼ਾਂ ਖਾਂਦੇ ਹਾਂ ਅਤੇ ਅਸੀਂ ਤੇਜ਼ਾਬੀ ਚੀਜ਼ਾਂ ਪੀਂਦੇ ਹਾਂ। ਅਤੇ ਜੇ ਅਸੀਂ ਸਾਰਾ ਦਿਨ ਅਲਕਲਾਈਨ ਖਾਈਏ ਅਤੇ ਅਲਕਲਾਈਨ ਪੀਏ ਤਾਂ ਸਾਡਾ ਖੂਨ ਕਦੇ ਵੀ ਤੇਜ਼ਾਬੀ ਨਹੀਂ ਹੋ ਸਕਦਾ, ਇਹ ਹਮੇਸ਼ਾ ਅਲਕਲਾਈਨ ਹੀ ਰਹੂਗਾ। ਹੁਣ ਤੁਸੀਂ ਪੁੱਛੋਗੇ ਕਿ ਕਿਹੜਾ ਖਾਣਾ ਅਲਕਲਾਈਨ ਹੈ ਅਤੇ ਕਿਹੜਾ ਖਾਣਾ ਤੇਜ਼ਾਬੀ ਹੈ? ਇਸ ਦਾ ਬਸ ਸਿੱਧਾ ਜਿਹਾ ਫਾਰਮੂਲਾ ਇੱਕ ਹੀ ਹੈ,
ਕਿ ਜੋ ਰੱਬ ਨੇ ਸਾਨੂੰ ਦਿੱਤਾ ਉਹ ਸਾਰਾ ਅਲਕਲਾਈਨ ਹੈ, ਤੇ ਜਿਹੜਾ ਸਾਨੂੰ ਹਲਵਾਈਆਂ ਨੇ ਤੇ ਕੰਪਨੀਆਂ ਨੇ ਦਿੱਤਾ ਉਹ ਸਾਰਾ ਤੇਜ਼ਾਬੀ ਹੈ, ਜਿਵੇਂ ਗਾਜਰ, ਮੂਲੀ, ਸ਼ਲਗਮ, ਖੀਰਾ, ਤਰਾਂ, ਬੇਰ, ਜਾਮਣ, ਅਮਰੂਦ, ਸੇਬ, ਸੰਤਰਾ, ਕੇਲਾ, ਇਹ ਸਭ ਅਲਕਲਾਈਨ ਨੇ। ਤੇ ਦੂਜੇ ਪਾਸੇ ਤੇਜ਼ਾਬੀ ਖਾਣੇ ਕਿਹੜੇ ਨੇ? ਚਾਹ, ਕੌਫੀ, ਮਠਿਆਈ, ਪਕੌੜੇ, ਪੀਜ਼ਾ, ਬਰਗਰ, ਕੁਲਚੇ, ਸਮੋਸੇ, ਆਲੂ ਟਿੱਕੀ, ਕੋਕਾ ਕੋਲਾ, ਪੈਪਸੀ, ਡੱਬਾਬੰਦ ਜੂਸ, ਕੁਰਕਰੇ, ਸ਼ਰਾਬ, ਇਹ ਸਭ ਤੇਜ਼ਾਬੀ ਨੇ। ਜਾਣੀ ਕਿ ਸਿੱਧੀ ਗੱਲ ਇਹ ਹੈ ਕਿ ਅਸੀਂ ਆਪਣੇ ਪੈਰਾਂ 'ਤੇ ਕੁਹਾੜੀ ਆਪ ਹੀ ਮਾਰੀ ਹੈ। ਪਿਛਲੇ 15 ਸਾਲਾਂ ਦੇ ਵਿੱਚ ਤੇਜ਼ਾਬੀ ਖਾਣਾ ਬਹੁਤ ਹੀ ਵੱਧ ਗਿਆ। ਤੁਸੀਂ ਵਿਆਹਾਂ ਦੇ ਵਿੱਚ ਜਾ ਕੇ ਦੇਖ ਲਓ, ਸਭ ਤੋਂ ਜ਼ਿਆਦਾ ਭੀੜ ਆਲੂ ਗੋਭੀ ਦੇ ਪਕੌੜੇ, ਮੱਛੀ ਦੇ ਪਕੌੜੇ, ਚਿਕਨ ਦੇ ਪਕੌੜੇ, ਮਠਿਆਈ, ਸ਼ਰਾਬ, ਮੀਟ, ਇਹਨਾਂ ਸਟਾਲਾਂ 'ਤੇ ਹੁੰਦੀ ਹੈ। ਅਤੇ ਜਿਹੜੇ ਕਾਊਂਟਰ ਕੰਮ ਦੇ ਕਾਊਂਟਰ ਹੁੰਦੇ ਨੇ ਸਲਾਦ ਵਾਲਾ ਅਤੇ ਫਰੂਟ ਵਾਲਾ, ਉਹ ਖਾਲੀ ਪਏ ਹੁੰਦੇ ਨੇ। ਅੱਜ ਹਰ ਪਿੰਡ ਦੇ ਵਿੱਚ ਸਮੋਸਿਆਂ ਦੀ ਦੁਕਾਨ ਹੈ, ਬਰਗਰ ਦੀ ਰੇਹੜੀ ਆਉਂਦੀ ਹੈ, ਕੁਲਚੇ ਦੀ ਰੇਹੜੀ ਆਉਂਦੀ ਹੈ। ਤੁਸੀਂ ਆਪਣਾ ਫਰਿੱਜ ਖੋਲ੍ਹ ਕੇ ਦੇਖ ਲਓ, ਤੁਹਾਡੇ ਫਰਿੱਜ ਦੇ ਵਿੱਚ ਵੀ ਕੀ ਹੈਗਾ? ਟ੍ਰੋਪੀਕਾਨਾ ਦਾ ਜੂਸ ਹੋਏਗਾ, ਰੀਅਲ ਦਾ ਜੂਸ ਹੋਏਗਾ, ਪੈਪਸੀ ਹੋਏਗਾ, ਕੋਕਾ ਕੋਲਾ ਹੋਏਗਾ। ਤੁਸੀਂ ਆਪਣੇ ਬੱਚੇ ਨੂੰ 50 ਰੁਪਏ ਦੇ ਕੇ ਦੇਖ ਲਓ, ਉਹ ਕਦੇ ਵੀ ਬੇਰ ਤੇ ਕਿੰਨੂ ਨਹੀਂ ਲੈ ਕੇ ਆਏਗਾ, ਉਹ ਹਮੇਸ਼ਾ ਲੇਸ ਤੇ ਕੁਰਕਰੇ ਲੈ ਕੇ ਆਏਗਾ। ਕਿਉਂ? ਕਿਉਂਕਿ ਉਹ ਖਾਣਾ ਸਵਾਦ ਹੀ ਇੰਨਾ ਬਣਾਉਂਦੇ ਨੇ, ਪੰਜਾਬੀ ਖਾਣਾ ਸਵਾਦ ਹੀ ਇੰਨਾ ਹੁੰਦਾ ਹੈਗਾ। ਪਰ ਸਰੀਰ ਵਿਚਾਰਾ ਕੀ ਕਰੇ? ਰੱਬ ਨੇ ਸਾਨੂੰ ਪੈਟਰੋਲ ਵਾਲੀ ਕਾਰ ਦਿੱਤੀ ਸੀ ਅਤੇ ਅਸੀਂ ਸਵੇਰੇ ਡੀਜ਼ਲ ਦੇ ਨਾਲ ਉਹਦੀ ਟੈਂਕੀ ਭਰ ਲੈਂਦੇ ਹਾਂ, ਪਰ ਇਹ ਕਾਰ ਫਿਰ ਵੀ ਔਖੀ ਸੌਖੀ ਹੋ ਕੇ ਚੱਲ ਰਹੀ ਹੈ। ਕਿਉਂ ਚੱਲ ਰਹੀ ਹੈ? ਕਿਉਂਕਿ ਉਹ ਵੱਡੇ ਇੰਜੀਨੀਅਰ ਨੇ ਬਣਾਈ ਸੀ, ਅਤੇ ਜੇ ਕਿਤੇ ਬੰਦੇ ਨੇ ਬਣਾਈ ਹੁੰਦੀ ਇੱਕ ਦਿਨ ਵੀ ਨਾ ਚੱਲਦੀ। ਡਾਕਟਰ ਦਲਜੀਤ ਸਿੰਘ ਨੇ ਆਪਣੀ ਕਿਤਾਬ ਬਦੀ ਦੀ ਜੜ ਵਿੱਚ ਕੈਂਸਰ ਬਾਰੇ ਇੱਕ ਲੇਖ ਲਿਖਿਆ। ਉਸਦੇ 121 ਨੰਬਰ ਪੇਜ ਦੇ ਉੱਤੇ ਉਹ ਲਿਖਦੇ ਨੇ ਕਿ ਜਿਨ੍ਹਾਂ ਲੋਕਾਂ ਦੇ ਖੂਨ ਦਾ ਪੀਐਚ 7.4 ਤੋਂ ਵੱਧ ਹੁੰਦਾ ਉਹਨਾਂ ਨੂੰ ਕਦੇ ਕੈਂਸਰ ਨਹੀਂ, ਕਿਉਂਕਿ ਸਰੀਰ ਵਿੱਚ ਆਕਸੀਜਨ ਦੀ ਮਾਤਰਾ ਹਮੇਸ਼ਾ ਉੱਚੀ ਹੁੰਦੀ ਹੈ ਅਤੇ ਕੈਂਸਰ ਸੈੱਲ ਝੱਟ ਮਰ ਜਾਂਦੇ ਨੇ। ਆਕਸੀਜਨ ਨਾਲ ਭਰੇ ਹੋਏ ਵਾਤਾਵਰਣ ਦੇ ਵਿੱਚ ਕੈਂਸਰ ਸੈੱਲ ਜਿਉਂਦੇ ਨਹੀਂ ਰਹਿ ਸਕਦੇ। ਇਸ ਕਰਕੇ ਜੇ ਅਸੀਂ ਕੈਂਸਰ ਰੋਕਣਾ ਹੈ ਤਾਂ ਸਭ ਤੋਂ ਪਹਿਲਾਂ ਹੱਲ ਇਹੀ ਹੈ ਕਿ ਤੇਜ਼ਾਬੀ ਖਾਣਾ ਬੰਦ ਕਰੋ, ਅਲਕਲਾਈਨ ਖਾਓ। ਪਰ ਸਾਡਾ ਸਮਾਜ ਐਸਾ ਹੈ ਕਿ ਤੇਜ਼ਾਬੀ ਖਾਣੇ ਬਿਨਾਂ ਸਾਡਾ ਸਰਦਾ ਨਹੀਂ। ਕਿਸੇ ਵੇਲੇ ਅਸੀਂ ਸਾਨੂੰ ਚਾਹ ਪੀਣੀ ਪੈਂਦੀ ਹੈ, ਕਿਸੇ ਵੇਲੇ ਸਮੋਸਾ ਵੀ ਖਾਣਾ ਪੈਂਦਾ ਹੈ, ਕਿਸੇ ਵੇਲੇ ਮੀਂਹ ਪੈਂਦਾ ਹੋਵੇ ਤਾਂ ਪਕੌੜੇ ਖਾਣ ਨੂੰ ਵੀ ਜੀ ਕਰ ਆਉਂਦਾ। ਉਸ ਵੇਲੇ ਬਸ ਇਹ ਕਰੋ, ਜਿੰਨਾ ਤੁਸੀਂ ਤੇਜ਼ਾਬੀ ਖਾਧਾ ਉਸ ਤੋਂ ਜ਼ਿਆਦਾ ਅਲਕਲਾਈਨ ਖਾਓ, ਜ਼ਿਆਦਾ ਕੱਚਾ ਖਾਓ। ਜਦੋਂ ਮੂਲੀਆਂ ਖਾਣੀਆਂ ਨੇ ਉਸ ਵੇਲੇ ਕੰਜੂਸੀ ਨਹੀਂ ਕਰਨੀ, ਸਲਾਦ ਦੀ ਹਮੇਸ਼ਾ ਪਲੇਟ ਭਰ ਕੇ ਖਾਣੀ। ਨਾਲ ਇੱਕ ਕੰਮ ਇਹ ਕਰੋ ਕਿ ਪਾਣੀ ਉਹ ਪੀਓ ਜਿਹੜਾ ਅਲਕਲਾਈਨ ਹੋਵੇ ਅਤੇ ਜਿਹਦੀ ਪੀਐਚ 8 ਜਾਂ 9 ਹੋ। ਆਪਣੇ ਪਾਣੀ ਦੀ ORP ਅਤੇ ਪੀਐਚ ਅੱਜ ਹੀ ਆਪਣੇ ਘਰ ਖੁਦ ਹੀ ਚੈੱਕ ਕਰੋ। ਸਾਡੇ ਸਰੀਰ ਦੇ ਵਿੱਚ 71% ਪਾਣੀ ਹੈ ਅਤੇ ਪਾਣੀ ਦਾ ਪ੍ਰਭਾਵ ਸਾਡੇ ਸਰੀਰ ਦੇ ਉੱਤੇ ਸਭ ਤੋਂ ਜ਼ਿਆਦਾ ਹੈ। ਜਿਹੜਾ ਅਲਕਲਾਈਨ ਪਾਣੀ ਹੈ ਉਹ ਤੇਜ਼ਾਬੀ ਖੁਰਾਕ ਨੂੰ, ਤੇਜ਼ਾਬੀ ਖੂਨ ਨੂੰ ਨਿਊਟਰਲ ਕਰਦਾ। ਜਿਵੇਂ ਕਦੇ ਨਾ ਕਦੇ ਆਪਣੀ ਦਾਲ ਦੇ ਵਿੱਚ ਮਿਰਚ ਜ਼ਿਆਦਾ ਪੈ ਜਾਂਦੀ ਹੈ ਅਤੇ ਆਪਾਂ ਮੱਖਣ ਪਾ ਕੇ ਉਹਨੂੰ ਨਿਊਟਰਲ ਕਰ ਲੈਂਦੇ ਹਾਂ, ਇਸੇ ਤਰੀਕੇ ਨਾਲ ਤੇਜ਼ਾਬੀ ਖੂਨ ਨੂੰ ਅਲਕਲਾਈਨ ਪਾਣੀ ਵੀ ਨਿਊਟਰਲ ਕਰਦਾ। ਅਲਕਲਾਈਨ ਖਾਣ ਪੀਣ ਦੇ ਨਾਲ ਕੈਂਸਰ ਤਾਂ ਰੁਕਦੇ ਰੁਕਦਾ, ਇਹਦੇ ਹੋਰ ਵੀ ਬਹੁਤ ਫਾਇਦੇ ਨੇ। ਪਹਿਲੇ ਨੰਬਰ ਦੇ ਉੱਤੇ ਮੋਟਾਪਾ ਘਟੇਗਾ, ਦੂਜੇ ਨੰਬਰ ਦੇ ਉੱਤੇ ਬੁਢਾਪਾ 10 ਸਾਲ ਲੇਟ ਆਊ, ਤੀਜੇ ਨੰਬਰ 'ਤੇ ਸਰੀਰ ਦੇ ਵਿੱਚ ਫੁਰਤੀ ਰਹੂਗੀ ਅਤੇ ਜਾਨ ਰਹੂਗੀ, ਚੌਥੇ ਨੰਬਰ 'ਤੇ ਚਿਹਰੇ 'ਤੇ ਤਰੌਤੀ ਰਹੂਗੀ। ਜਿਹੜੇ ਲੋਕ ਅਲਕਲਾਈਨ ਖਾਂਦੇ ਪੀਂਦੇ ਨੇ ਉਹਨਾਂ ਦੇ ਚਿਹਰੇ 'ਤੇ ਵੱਖਰੀ ਚਮਕ ਰਹਿੰਦੀ ਹੈ। ਜੇ ਸਾਡਾ ਸਰੀਰ ਅਲਕਲਾਈਨ ਰਹੇ ਤਾਂ ਛੇਤੀ ਕੀਤੇ ਬੰਦੇ ਨੂੰ ਕੋਈ ਬਿਮਾਰੀ ਲੱਗਦੀ ਨਹੀਂ। ਤੁਸੀਂ ਰਿਸ਼ੀਆਂ ਅਤੇ ਮੁਨੀਆਂ ਨੂੰ ਲੈ ਲਓ, ਪਹਾੜਾਂ ਦੇ ਵਿੱਚ ਰਹਿੰਦੇ ਨੇ, ਜੰਗਲਾਂ ਦੇ ਵਿੱਚ ਰਹਿੰਦੇ ਨੇ, ਮੱਛਰ ਬਥੇਰਾ ਹੁੰਦਾ ਹੈ, ਮੱਖੀ ਬਥੇਰੀ ਹੁੰਦੀ ਆ, ਹਰ ਚੀਜ਼ ਹੈ, ਪਰ ਸਭ ਤੋਂ ਘੱਟ ਬਿਮਾਰ ਹੁੰਦੇ ਨੇ। ਨਾ ਉੱਥੇ ਕੋਈ ਡਾਕਟਰ ਹੁੰਦਾ, ਨਾ ਗੋਲੀ ਹੁੰਦੀ ਹੈ, ਨਾ ਦਵਾਈ ਹੁੰਦੀ ਹੈ, ਨਾ ਟੀਕਾ ਹੈ, ਨਾ ਹਸਪਤਾਲ ਹੈ, ਕੁਛ ਨਹੀਂ ਹੈ, ਪਰ ਇਸ ਦੇ ਬਾਵਜੂਦ ਉਹ ਸਾਡੇ ਨਾਲੋਂ ਜ਼ਿਆਦਾ ਤੰਦਰੁਸਤ ਰਹਿੰਦੇ ਨੇ, ਸਾਡੇ ਨਾਲੋਂ ਜ਼ਿਆਦਾ ਲੰਬਾ ਜਿਉਂਦੇ ਨੇ। ਕਿਉਂ? ਕਿਉਂਕਿ ਉਹਨਾਂ ਦਾ ਖੂਨ ਅਲਕਲਾਈਨ ਹੁੰਦਾ, ਉਹ ਜੋ ਖਾਂਦੇ ਨੇ ਉਹ ਅਲਕਲਾਈਨ ਹੈ। ਉੱਥੇ ਸਮੋਸੇ ਨਹੀਂ ਮਿਲਦੇ, ਉੱਥੇ ਜਲੇਬੀਆਂ ਨਹੀਂ ਮਿਲਦੀਆਂ। ਦੇਖੋ ਮਿੱਤਰੋ, ਕੈਂਸਰ ਦਾ ਇਲਾਜ ਮੁਸ਼ਕਲ ਵੀ ਹੈ, ਮਹਿੰਗਾ ਵੀ ਹੈ, ਔਖਾ ਵੀ।
ਪਰ ਇਹਨੂੰ ਰੋਕਣਾ ਬਹੁਤ ਸੌਖਾ ਹੈ। ਜੇਕਰ ਡਾਕਟਰ ਓਟੋ ਹੈਨਰਿਕ ਦੀ ਇਸ ਖੋਜ ਨੂੰ ਘਰ ਘਰ ਪਹੁੰਚਾ ਦਿੱਤਾ ਜਾਵੇ ਅਤੇ ਹਰ ਬੰਦੇ ਨੂੰ ਇਸ ਬਾਰੇ ਗਿਆਨ ਹੋ ਜਾਵੇ ਤਾਂ ਕੈਂਸਰ ਨੂੰ ਰੋਕਿਆ ਜਾ ਸਕਦਾ। ਪਰ ਇਸ ਦਾ ਪ੍ਰਚਾਰ ਕੋਈ ਕਰੇਗਾ ਨਹੀਂ, ਕਿਉਂ? ਕਿਉਂਕਿ ਜੇ ਕੈਂਸਰ ਰੁਕ ਗਿਆ ਤਾਂ ਇਹ ਵੱਡੇ ਵੱਡੇ ਹਸਪਤਾਲ ਕੀ ਕਰਨਗੇ, ਡਾਕਟਰ ਕੀ ਕਰਨਗੇ? ਜਿਹੜਾ ਕੰਪਨੀਆਂ ਨੇ ਮਹਿੰਗੀਆਂ ਦਵਾਈਆਂ ਬਣਾਈਆਂ ਨੇ ਉਹ ਕੌਣ ਖਰੀਦੂ? ਬੜੇ ਦੁੱਖ ਦੀ ਗੱਲ ਹੈ ਕਿ ਅੱਜ ਕੱਲ੍ਹ ਕੈਂਸਰ ਨੂੰ ਵੀ ਕਿ ਇੰਡਸਟਰੀ ਕਿਹਾ ਜਾਂਦਾ। ਮੈਂ ਕੱਲ੍ਹ ਕਿਤੇ ਪੜ੍ਹ ਰਿਹਾ ਸੀ ਕਿ ਇਸ ਸਾਲ ਦੀ ਕੈਂਸਰ ਇੰਡਸਟਰੀ 2024 ਦੀ ਕੈਂਸਰ ਇੰਡਸਟਰੀ ਦਾ ਸਾਈਜ਼ $220 ਬਿਲੀਅਨ ਹੈ। ਇਹਦਾ ਮਤਲਬ ਸਮਝਦੇ ਹੋ? ਇਹਦਾ ਮਤਲਬ ਇਹ ਆ ਕਿ ਲੋਕਾਂ ਨੇ ਇਸ ਸਾਲ ਕੈਂਸਰ ਦੇ ਇਲਾਜ ਦੇ ਉੱਤੇ 18 ਲੱਖ ਕਰੋੜ ਰੁਪਈਆ ਖਰਚ ਕਰਨਾ ਹੈ ਪੂਰੀ ਦੁਨੀਆ ਦੇ ਵਿੱਚ, ਅਤੇ ਇਹਨੂੰ ਬਹੁਤ ਵੱਡੀ ਇੰਡਸਟਰੀ ਮੰਨਿਆ ਜਾਂਦਾ ਹੈ। 18 ਲੱਖ ਕਰੋੜ ਰੁਪਈਆ ਲੋਕਾਂ ਨੇ ਖਰਚ ਕਰਨਾ ਹੈ ਕੈਂਸਰ ਦੇ ਇਲਾਜ ਦੇ ਉੱਤੇ। ਇਹ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਨੇ ਦਵਾਈਆਂ ਦੀਆਂ ਅਤੇ ਵੱਡੇ ਹਸਪਤਾਲ, ਇਹ ਸਾਨੂੰ ਉਡੀਕ ਰਹੇ ਨੇ ਸਭ ਨੂੰ ਕਿ ਤੁਸੀਂ ਆਓ, ਆਪਣੀਆਂ ਜ਼ਮੀਨਾਂ ਵੇਚੋ ਅਤੇ ਬੋਰੀਆਂ ਭਰ ਕੇ ਨੋਟ ਸਾਡੇ ਕੋਲ ਜਮ੍ਹਾਂ ਕਰਵਾਓ। ਇਹਨਾਂ ਕੰਪਨੀਆਂ ਦੇ ਦਬਾਅ ਕਾਰਨ ਇਸ ਨੋਬਲ ਇਨਾਮ ਜੇਤੂ ਸਾਇੰਟਿਸਟ ਦੀ ਖੋਜ ਨੂੰ ਮੈਡੀਕਲ ਕਾਲਜਾਂ ਦੇ ਸਿਲੇਬਸ ਵਿੱਚੋਂ ਵੀ ਬਹੁਤ ਦੇਰ ਪਹਿਲਾਂ ਬਾਹਰ ਕੱਢ ਦਿੱਤਾ ਗਿਆ ਸੀ ਤਾਂ ਕਿ ਲੋਕਾਂ ਨੂੰ ਇਸ ਖੋਜ ਦਾ ਗਿਆਨ ਨਾ ਹੋਵੇ, ਇਹਨੂੰ ਦਬਾ ਦਿੱਤਾ ਗਿਆ ਸੀ। ਅਤੇ ਹੁਣ ਸਾਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਅ ਖੁਦ ਕਰਨਾ ਪਊ। ਇੱਕ ਛੋਟਾ ਜਿਹਾ ਯੋਗਦਾਨ ਪੰਜਾਬ ਦੇ ਵਿੱਚੋਂ ਕੈਂਸਰ ਰੋਕਣ ਦੇ ਵਿੱਚ ਤੁਸੀਂ ਵੀ ਪਾ ਸਕਦੇ ਹੋ। ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ, ਜਿਸ ਵੀ ਬੰਦੇ ਤੱਕ ਇਹ ਵੀਡੀਓ ਪਹੁੰਚੇਗੀ ਉਸਦਾ ਕੋਈ ਨਾ ਕੋਈ ਫਾਇਦਾ ਜ਼ਰੂਰ ਹੋ। ਕੋਈ 2 ਸਮੋਸੇ ਖਾਣ ਵਾਲਾ 1 ਸਮੋਸਾ ਖਾਣ ਲੱਗ ਜਾਊ, ਕੋਈ 5 ਗਲਾਸ ਕੋਕ ਦੇ ਪੀਂਦਾ ਸੀ ਹੁਣ 1 ਗਲਾਸ ਪੀਣ ਲੱਗ ਜਾਊ, ਕਿਸੇ ਨੂੰ ਖੇਤ ਫਿਰਦੇ ਨੂੰ ਇਹ ਵੀਡੀਓ ਯਾਦ ਆ ਗਈ ਤਾਂ ਉਹ 2 ਮੂਲੀਆਂ ਜਾਂ ਗਾਜਰਾਂ ਪੱਟ ਕੇ ਖਾ ਲਓ। ਪਰ ਜਿਹੜਾ ਵੀ ਬੰਦਾ ਇਸ ਵੀਡੀਓ ਨੂੰ ਦੇਖੇਗਾ ਉਹਦਾ ਕੁਛ ਨਾ ਕੁਛ ਫਾਇਦਾ ਜ਼ਰੂਰ ਹੋਏਗਾ, ਇਸ ਕਰਕੇ ਇੱਕ ਵਾਰੀ ਸ਼ੇਅਰ ਜ਼ਰੂਰ ਕਰ ਦਿਓ। ਮੁੱਕਦੀ ਗੱਲ ਇਹ ਹੈ ਕਿ ਜੋ ਵੀ ਆਪਣੇ ਖੇਤ ਵਿੱਚ ਪੈਦਾ ਹੁੰਦਾ ਹੈ ਕੱਚਾ ਉਹ ਖਾਓ, ਅਤੇ ਦੂਜੀ ਗੱਲ ਆਪਣੇ ਘਰ ਦੇ ਪਾਣੀ ਦੀ PH ਅਤੇ ORP ਜ਼ਰੂਰ ਚੈੱਕ ਕਰੋ। ਤੁਹਾਡੇ ਘਰ ਦੇ ਵਿੱਚ ਜਿਹੜੇ RO ਲੱਗੇ ਹੋਏ ਨੇ ਇਹਨਾਂ ਦੇ ਕੁਛ ਫਾਇਦੇ ਹੈਗੇ ਨੇ। ਇਹ ਪਾਣੀ ਦੇ ਵਿੱਚੋਂ ਜ਼ਹਿਰਾਂ ਕੱਢਦੇ ਨੇ, ਸਪਰੇਆਂ ਕੱਢਦੇ ਨੇ, ਖਾਦਾਂ ਕੱਢਦੇ ਨੇ, ਛੋਰਾ ਕੱਢ ਦਿੰਦੇ ਨੇ, ਭਾਰੀਆਂ ਧਾਤਾਂ ਕੱਢ ਦਿੰਦੇ ਨੇ ਅਤੇ ਪਾਣੀ ਨੂੰ ਹਲਕਾ ਕਰ ਦਿੰਦੇ ਨੇ, ਪੀਣ ਯੋਗ ਬਣਾ ਦਿੰਦੇ ਨੇ। ਪਰ ਇਹਨਾਂ ਦੇ ਕੁਛ ਨੁਕਸਾਨ ਵੀ ਨੇ। RO ਜਿਹੜਾ ਹੈ ਉਹ ਪਾਣੀ ਦੇ ਵਿੱਚੋਂ ਸਾਰੇ ਤੱਤ ਬਾਹਰ ਕੱਢ ਦਿੰਦਾ, ਪਾਣੀ ਨੂੰ ਫੋਕਾ ਕਰ ਦਿੰਦਾ, ਅਤੇ ਕਈ RO ਐਸੇ ਵੀ ਹੁੰਦੇ ਨੇ ਜਿਹੜੇ ਪਾਣੀ ਨੂੰ ਤੇਜ਼ਾਬੀ ਕਰਦੇ ਨੇ, ਅਤੇ ਤੇਜ਼ਾਬੀ ਪਾਣੀ ਦਾ ਉਹੀ ਨੁਕਸਾਨ ਹੈ ਜਿਹੜਾ ਤੇਜ਼ਾਬੀ ਖੁਰਾਕ ਦਾ ਨੁਕਸਾਨ। ਸੋ ਮਾਰਕੀਟ 'ਚੋਂ ਜਾ ਕੇ ਇੱਕ PH ਅਤੇ ORP ਦੀ ਟੈਸਟਿੰਗ ਕਿੱਟ ਲਿਆਓ ਅਤੇ ਆਪਣਾ ਪਾਣੀ ਖੁਦ ਹੀ ਘਰੇ ਚੈੱਕ ਕਰ ਕਿ ਤੁਹਾਡਾ ਪਾਣੀ ਅਲਕਲਾਈਨ ਹੈ ਜਾਂ ਤੇਜ਼ਾਬੀ ਹੈ। ਇਹ ਕੋਈ ਬਹੁਤੀ ਮਹਿੰਗੀ ਨਹੀਂ ਹੁੰਦੀ, 100-150 ਰੁਪਏ ਦੀ ਮਿਲ ਜਾਂਦੀ ਹੈ। ਜੇ ਤੁਹਾਨੂੰ ਲੋਕਲ ਨਹੀਂ ਮਿਲਦੀ ਤਾਂ ਵੀ ਕੋਈ ਗੱਲ ਨਹੀਂ, ਅਸੀਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਲਿੰਕ ਦਿੱਤਾ ਹੋਇਆ, ਤੁਸੀਂ ਉਸ ਲਿੰਕ 'ਤੇ ਕਲਿੱਕ ਕਰੋ ਅਤੇ ਐਮਾਜ਼ੋਨ ਤੋਂ ਮੰਗਵਾ ਲਓ। ਪਰ ਪਾਣੀ ਆਪਣਾ ਜ਼ਰੂਰ ਚੈੱਕ ਕਰ, ਪਾਣੀ ਚੈੱਕ ਕਰਨ ਵੇਲੇ ਕੁਛ ਪੁੱਛਣਾ ਹੋਵੇ ਤਾਂ ਸਾਨੂੰ ਵਟਸਐਪ ਕਰ ਦਿਓ। ਜੇ ਤੁਹਾਡਾ ਪਾਣੀ ਅਲਕਲਾਈਨ ਹੋਇਆ ਤਾਂ ਮਸਤੀ ਨਾਲ ਪੀਓ, ਪਰ ਜੇ ਤੁਹਾਡਾ ਪਾਣੀ ਤੇਜ਼ਾਬੀ ਹੋਇਆ ਤਾਂ ਇਸ ਨੂੰ ਅਲਕਲਾਈਨ ਕਰਕੇ ਹੀ ਪੀਓ। ਅੱਜ ਕੱਲ੍ਹ ਐਸੇ PH ਇਨਹਾਂਸਿੰਗ ਅਤੇ ਮਿਨਰਲਾਈਜ਼ਿੰਗ ਸਿਸਟਮ ਬਣ ਚੁੱਕੇ ਨੇ ਜਿਹੜੇ ਲਾਵੇ ਦੇ ਪਹਾੜਾਂ ਦੀ ਮਿੱਟੀ ਦੀਆਂ ਬਣੀਆਂ ਹੋਈਆਂ ਬਾਇਓਸਰੈਮਿਕਸ ਬਾਲ ਦੇ ਰਾਹੀਂ ਪਾਣੀ ਦੇ ਵਿੱਚ ਜ਼ਰੂਰੀ ਮਿਨਰਲ ਵੀ ਐਡ ਕਰਦੇ ਨੇ ਅਤੇ ਪਾਣੀ ਨੂੰ ਅਲਕਲਾਈਨ ਵੀ ਕਰਦੇ ਨੇ। ਜੇ ਤੁਹਾਨੂੰ ਇਸ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਸਾਨੂੰ ਵਟਸਐਪ ਕਰ ਦਿਓ, ਅਸੀਂ ਤੁਹਾਨੂੰ ਜਾਣਕਾਰੀ ਭੇਜ ਦਿਆਂਗੇ। ਇਸ ਵੀਡੀਓ ਦੇ ਸਬਜੈਕਟ ਮੈਟਰ ਬਾਰੇ ਤੁਹਾਡਾ ਕੋਈ ਸਵਾਲ ਹੋਵੇ ਜਾਂ ਤੁਹਾਡਾ ਕੋਈ ਸੁਝਾਅ ਹੋਵੇ ਤਾਂ ਸਾਨੂੰ ਜ਼ਰੂਰ ਵਟਸਐਪ ਕਰ ਸਕਦੇ ਹੋ ਜਾਂ ਕਮੈਂਟ ਕਰ ਸਕਦੇ ਹੋ। ਇਸ ਵੀਡੀਓ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਧੰਨਵਾਦ। ਸਤਿ ਸ਼੍ਰੀ ਅਕਾਲ।